ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਅਤੇ ਟਾਈਮ ਸਵੇਰ ਦੇ 10:45 ਹੋ ਗਏ। ਇੱਧਰ ਪਹਿਲਾਂ ਮਿਲੋ ਗੁਰਸ਼ਾਨਵੀਰ ਨੂੰ, ਮੁੰਡੇ ਨੂੰ ਸਾਰੇ ਜਾਣੇ 2000 ਵਧਾਈਆਂ ਬਹੁਤ ਬਹੁਤ। ਮੁੰਡਾ ਨਵੇਂ ਫੋਨ ਵਾਲਾ ਹੋ ਗਿਆ ਹੁਣ ਤਾਂ, ਬਸ ਇਹ ਕਰੀ ਜਾਂਦਾ, ਕਦੇ ਫੋਨ ਦਾ ਕਵਰ ਤਾਰ ਦਿੰਦਾ ਅਤੇ ਕਦੇ ਫੋਨ ਦਾ ਕਵਰ ਲਾ ਦਿੰਦਾ। ਟਾਈਟੈਨੀਅਮ ਦਾ ਫੋਨ ਹੈ ਨਾ, ਕਦੇ ਨੂੰ ਗੱਲ ਗੱਲ ਲਾ ਦੇਖਦੇ ਵੀ ਹਾਂ ਉਹਦੀ ਕਿੱਦਾਂ ਦੀ ਫੀਲਿੰਗ ਆਉਂਦੀ ਹੈ, ਚੌ ਨਹੀਂ ਚੱਕਿਆ ਜਾਂਦਾ ਮੁੰਡੇ ਦਾ। ਅਤੇ ਬਾਕੀ ਲੱਗਿਆ ਮੈਂ ਸਾਰੀਆਂ ਆਈਡੀਆਂ ਉਡੀਆਂ ਸੈੱਟ ਕਰਨ ਵਾਸਤੇ, ਇੰਸਟਾਗ੍ਰਾਮ ਦੀਆਂ ਜੇ ਬਹੁਤ, ਤੁਹਾਨੂੰ ਪਤਾ ਹੈ। ਬਾਕੀ ਸਕੂਲ ਦਾ ਕੰਮ ਜੋ ਸਕੂਲ ਦੀ ਕਿੱਟ ਵਗੈਰਾ ਸਾਰੀ ਆਉਂਦੀ ਹੈ ਇਹਦੇ ਵਿੱਚ ਹੀ ਆਉਂਦੀ ਹੈ ਇਹਦੀ। ਅਤੇ ਬਾਕੀ ਇੱਧਰ ਮਿਲੋ ਸਿਮਰ ਨੂੰ, ਅਤੇ ਕਿਚਨ 'ਚ ਚੱਲਦੀ ਹੈ ਆਪਣੀ ਅੱਜ ਤਿਆਰੀ। ਮਾਂ ਨੂੰ ਮਿਲੋ, ਸਤਿ ਸ਼੍ਰੀ ਅਕਾਲ, ਕਿਆ ਬਣਾ ਰਹੀ ਅੱਜ, ਕੀ ਰੱਖਦਾ ਤੁਸੀਂ ਤੜਕੇ ਪੁਦੀਨੇ ਦੀ? ਮਿੱਤਰੋ ਦੋ, ਇੱਕ ਪੁਦੀਨੇ ਦੀ ਬਣਾਉਣੀ ਹੈ, ਇੱਕ ਆਪਣੇ ਅੰਬ ਦੀ ਬਿਰਿਆਨੀ ਬਣਾਉਣੀ ਹੈ, ਦੋ ਚਟਨੀ ਬਣਾਉਣੀ ਹੈ। ਗਰਮੀ ਗਰਮੀ ਕਹਿੰਦੇ ਜਿਹੜੀ ਚਟਨੀ ਹੁੰਦੀ ਆ ਬੜੀ ਸਵਾਦ ਹੁੰਦੀ ਹੈ, ਪੁਦੀਨਾ ਠੰਡਾ ਹੁੰਦਾ, ਅੰਬ ਹੁੰਦਾ ਗਰਮ ਹੈ, ਪਰ ਉਹ ਵਧੀਆ ਹੁੰਦੀ ਆ ਤੜਕੇ ਵਧੀਆ। ਇਹ ਬਣ ਕੇ ਇੱਧਰ ਆਪਣਾ ਕਰਨਗੇ ਇਹ ਵਾਲਾ ਕਾਰੋਬਾਰ, ਅਤੇ ਅਸੀਂ ਜਾ ਕੇ ਦੇਖੀਏ ਇੱਧਰ। ਮਿਲੋ ਦਵਿੰਦਰ ਸਿੰਘ ਨੂੰ, ਇਹ ਵੀ ਅੱਜ ਕੰਮ 'ਤੇ ਗਏ ਹੈਗੇ, ਛੁੱਟੀ ਅੱਜ ਮੁੰਡਿਆਂ ਨੂੰ, ਅਤੇ ਇਹਨੂੰ ਮਿਲੋ। ਇਹ ਪੱਕਾ ਹੀ ਛੁੱਟੀਆਂ ਭਰੇ ਹੁੰਦਾ ਇਹ, ਇਹਨੂੰ ਕੋਈ ਵੀ ਕੰਮ ਨਹੀਂ ਮਿੱਤਰੋ ਕਰਨ ਨੂੰ ਹੈਗਾ, ਇਹ ਸਾਰਾ ਦਿਨ ਬਸ ਇਹ ਲਟਰਨ ਬਸਤੀਆਂ ਪਰ ਰਹਿੰਦਾ ਇਹ ਨਹੀਂ ਡੱਕਾ ਤੋੜਦਾ। ਇਹਨੂੰ ਵੀ ਕੰਮ ਪਰ ਲਾਉਣਾ ਆਪਾਂ ਨੇ ਯਾਰ, ਹੈ ਦਵਿੰਦਰ, ਇਹਨੂੰ ਨਾਲ ਲੈ ਕੰਮ ਪਾਈ ਜਾਣਾ ਆਪਣੀ, ਹੈਂ ਇਹਨੇ ਇਕੱਲੇ ਸਾਡਾ ਪਰ ਕੰਮ ਪਰ ਲਾਇਆ ਨੀ, ਇਕੱਲੇ ਨੇ ਨਹੀਂ ਨਾ, ਤੁਸੀਂ ਟ੍ਰਾਇਲ ਕਰਾਓ ਜੀ ਪਹਿਲਾਂ ਥੱਲੇ ਪਿੱਛੇ ਤੇ, ਸਹੀ ਗੱਲ ਹੈ, ਟ੍ਰਾਇਲ ਕਰਵਾਇਆ ਕਰੂ ਜੀ ਥੱਲੇ ਜਾਣ ਲੱਗ ਗਿਆ ਇਹ। ਹਾਂਜੀ ਹਾਂ, ਥੱਲੇ ਜਾਂਦਾ ਹੈ, ਰਾਖੀ ਵੀ ਕਰੂ ਜਾਂਦਾ ਹੈ, ਹਾਂ। ਤੇ ਇਧਰ ਗਿੱਲ ਸਾਹਿਬ ਨੂੰ ਮਿਲੋ, ਇਹਨਾਂ ਨੂੰ ਛੁੱਟੀ ਅੱਜ, ਅੱਧੀ ਛੁੱਟੀ ਹੋ ਗਈ ਸਾਰੀ, ਕੁੜੀ ਅੱਜ ਸਾਰੀ ਹੋ ਗਈ, ਸਾਰੀ ਉਹੀ ਅੱਧੀ ਛੁੱਟੀ ਸਾਰੀ ਹੋ ਗਈ ਨਾ, ਸਾਰੀ ਛੁੱਟੀ ਹੋ ਗਈ। ਤੇ ਅੱਜ ਮੰਨਾਂਗੀ 10 ਵਜੇ ਦੇ ਨੰਗਲ ਤਾਂ ਸ਼ੁਰੂ ਹੋਈ ਆ। ਨਹੀਂ ਨਹੀਂ, ਤੇ ਬਾਕੀ ਹਾਂਜੀ ਦੇਖੋ ਨਹਾ ਧੋ ਲਓ, ਦੇਖਦਾ ਕੀ ਕਰਨਾ ਫਿਰ ਜੀ, ਦਿੰਦੇ ਕਰਦੇ ਮਾੜਾ ਮੋਟਾ ਖਾਣ ਪੀਣ ਬਣਾਉਂਦੇ ਵਧੀਆ ਕੋਈ ਡਿਸ਼ ਭੀੜ ਬਹੁਤ ਹੋ ਜਾਂਦੀ, ਟਾਈਮ ਬਹੁਤ ਵੇਸਟ ਹੁੰਦਾ ਉੱਥੇ ਜਾ ਕੇ, ਘੰਟਾ ਸਵਾ ਘੰਟਾ ਦਾ ਸਾਨੂੰ ਬੈਠ ਕੇ ਵਾਰੀ ਆਉਂਦੀ, ਉੱਥੇ ਇੰਨੀ ਜ਼ਿਆਦਾ ਭੀੜ ਹੋ ਜਾਂਦੀ ਹੈ। ਫਿਰ ਉੱਥੇ ਅਸੀਂ ਪਹਿਲਾਂ ਸਵਖਤ ਜਾ ਕੇ ਸਭ ਤੋਂ ਪਹਿਲਾਂ ਆਪਣੀ ਕਟਿੰਗ ਵਗੈਰਾ ਕਰਾ ਕੇ, ਫਿਰ ਬਾਅਦ 'ਚ ਨਹਾ ਧੋ ਕੇ ਫਿਰ ਆਪਣੇ ਕੰਮ ਕਾਰ ਸਾਰੇ ਸਟਾਰਟ ਕਰਾਂਗੇ। ਹਫ਼ਤੇ ਬਾਅਦ ਬਹੁਤ ਪਤਾ ਲੱਗ ਜਾਣਾ ਜੀ ਆਪਾਂ ਨੂੰ, ਮੋਟਾ ਬੋਦੀ ਦਾ ਥੋੜਾ ਜਿਹਾ, ਹਲੇ ਮੈਂ ਸੰਗਦਾ ਸੀ, ਜਾਂਦਾ ਨਹੀਂ ਸੀ ਦੁਕਾਨ 'ਤੇ, ਸੰਗ ਤਾਰਦੇ ਮੇਰਾ ਵੀਰ, ਸੰਗ ਤਾਰਦੇ, ਸੰਗ ਨਹੀਂ ਨਾਲ ਲੈ ਜਾਣੀ ਹੈ, ਜਿਹੜਾ ਉਹ ਕਹਿੰਦੇ ਨਹੀਂ ਜਿਹਨੇ ਕੀਤੀ ਸ਼ਰਮ ਉਹਦੇ ਫੋਟੇ ਕਰਮ ਨਹੀਂ ਕਹਿੰਦੇ, ਸ਼ਰਮ ਤਾਂ ਬਸ ਕਰਨੀ ਨਹੀਂ ਹੈਗੀ ਚੰਗੇ ਕੰਮਾਂ ਵਾਸਤੇ, ਮਾੜੇ ਕੰਮਾਂ ਤੋਂ ਹਮੇਸ਼ਾ ਡਰ ਕੇ ਰਹਿਣਾ, ਸੰਗ ਕੇ ਰਹਿਣਾ, ਚੰਗੇ ਕੰਮ ਦੀ ਕੋਈ ਸ਼ਰਮ ਨਹੀਂ। ਠੀਕ ਹੈ ਜੀ, ਚਲੇ ਫਿਰ। ਹਾਂਜੀ ਹਾਂ, ਚਲੋ ਲਓ ਜੀ ਮਿੱਤਰੋ, ਕਰੀਏ ਆਪਾਂ ਆਪਣੀ ਗੱਡੀ ਸਟਾਰਟ, ਤੁਹਾਨੂੰ ਦੱਸਦਾ ਟੈਂਪਰੇਚਰ ਅੱਜ ਦਾ ਕਿੰਨਾ, ਫਿਰ ਗਰਮੀ ਕਿਉਂਕਿ ਬਹੁਤ ਹੋ ਗਈ ਨਾ, ਅੱਜ ਦਾ ਟੈਂਪਰੇਚਰ ਬਸ ਆਉਣ ਵਾਲੀ ਉੱਪਰ, ਆਹ ਦੇਖੋ ਉਹ ਤੇਰਾ ਭਲਾ ਹੋ ਜਾਏ, 36 ਡਿਗਰੀ ਟੈਂਪਰੇਚਰ ਮਿੱਤਰੋ ਸਵੇਰ ਦੇ 10 ਵਜੇ। ਹਲੇ ਮਿੱਤਰੋ ਆਪਾਂ ਟਾਈਮ ਨਾਲ ਪਹੁੰਚ ਗਏ, ਹਲੇ ਵੀ ਪੂਰਾ ਰਸ਼ ਹੈ, 4 ਬੰਦੇ ਹਾਂ ਜਿਹੜੇ ਕਟਿੰਗ ਕਰਦੇ ਹਾਂ, ਅਤੇ 4 ਲੱਗੇ ਹੋਏ ਹਾਂ, ਕੋਈ ਟਾਈਮ ਨਹੀਂ ਕਿਸੇ ਕੋਲ ਹੈਗਾ ਸਾਡਾ, ਹਲੇ ਵੀ ਨੰਬਰ ਸਾਨੂੰ ਹਲੇ 15-20 ਮਿੰਟ ਬੈਠ ਕੇ ਸਾਡਾ ਨੰਬਰ ਆਉਣਾ, ਅਤੇ ਜੇ ਕਿਤੇ ਬਾਅਦ 'ਚ ਆਉਂਦੇ ਲੇਟ ਆਉਂਦੇ ਫਿਰ ਕੰਮ ਕਾਰ ਥੋੜ੍ਹਾ ਹੋਰ ਵੀ ਲੇਟ ਹੋਣਾ ਸੀ ਜ਼ਿਆਦਾ। ਅਤੇ ਜਿਹੜੇ ਬੰਦੇ ਨੇ ਆਪਣੀ ਕਟਿੰਗ ਕਰਨੀ ਆ ਉਹ ਬੰਦਾ ਫ੍ਰੀ ਹੋ ਗਿਆ ਇੱਧਰ ਸਿਮੋਣੇ,
ਇਹਨੇ ਕਰਨੇ ਕੱਢੀਆਂ ਨੇ ਵਾਲਾਂ ਦੀ। ਮੁੰਡਾ ਕਹਿੰਦਾ ਵੀ ਇੱਕ ਮਿੰਟ ਖੜ ਜਾ, ਮੈਂ ਮਾੜਾ ਦਮ ਮਾਰ ਲਵਾਂ, ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ ਕੱਢੀਆਂ ਵਾਲਾ ਹਿਸਾਬ ਦਾ। ਫਾਈਨਲੀ ਕਟਿੰਗ ਵਗੈਰਾ ਆਪਾਂ ਕਰਵਾ ਲਈ ਆ ਤੇ ਹੁਣ ਦੇਖੋ ਫਰਕ। ਕਹਿੰਦਾ ਇਹ ਤਾਂ ਫੋਟੋ ਪਹਿਲੀ ਸੀ, ਹੁਣ ਚੈੱਕ ਕਰ ਦੇਖੋ ਦਵਿੰਦਰ। ਹਾਂਜੀ ਹਾਂ, ਫਰਕ ਬਹੁਤ ਪੈਂਦਾ। ਸਹੀ ਗੱਲ ਦਵਿੰਦਰ, ਹੁਣ ਬਾਕੀ ਐਂ ਲੱਗਦਾ ਜਿੱਦਾਂ ਨਾ ਵੀ ਘੈਂਟ ਲੁੱਕ ਨਹੀਂ ਹੁੰਦੀ। ਸਹੀ ਗੱਲ ਨਹੀਂ, ਫਰਕ ਤਾਂ ਹੈ ਹੀ ਜੀ। ਫਿਰ ਕਹਿੰਦੇ ਵੀ ਜਿਹੋ ਜਿਹਾ ਰੰਗ ਉਹੋ ਜਿਹਾ ਢੰਗ ਹੀ, ਹੁਣ ਜੇ ਦੇਸ਼ ਚ ਕੰਟਰੀ ਚ ਆਏ ਹੁਣ ਤਾਂ ਉਦਾਂ ਦੀ ਬਣ ਕੇ ਰਹਿਣਾ ਪੈਣਾ। ਜਿਹੜੀ ਗੱਲ ਸਹੀ ਗੱਲ, ਹਲੇ ਤਾਂ ਉਹ ਚੱਕਦੇ ਸੀਗੇ ਜ਼ਿਆਦਾ, ਮੈਂ ਕਿਹਾ ਨਹੀਂ ਹਲੇ ਹੌਲੀ ਹੌਲੀ ਕੋਈ ਨੀ, ਫਿਰ ਹਲੇ ਰਹਿਣ ਤੋਂ ਮੜੇ ਇੱਦਾਂ। ਸਹੀ ਗੱਲ ਹੈ। ਤੇ ਬਾਕੀ ਟਾਈਮ ਇੱਧਰ ਹੁਣ 11 ਵੱਜ ਗਏ, ਸਾਨੂੰ ਹਲੇ ਵੀ ਦੇਖੋ ਤੁਸੀਂ ਘੰਟਾ ਲੱਗ ਗਿਆ ਪੂਰਾ ਐਨ ਹਲੇ ਵੀ। ਜੇ ਕਿਤੇ ਦੁਪਹਿਰ ਨੂੰ ਆਉਂਦੇ ਨਾ ਤਾਂ 2-2.5 ਘੰਟੇ ਦੇ ਗੱਲ ਬੰਨੇ ਦੀ ਜਾਂਦੀ, ਕਿਉਂਕਿ ਦੁਪਹਿਰ ਨੂੰ ਨਾ ਹੁਣ ਲੋਕਾਂ ਨੂੰ ਉੱਠ ਖੜਨਾ ਤੇ ਆ ਕੇ ਹੁਣ ਭੀੜੇ ਭੀੜ ਹੋ ਜਾਣੀ ਆ, ਤੇ ਆਪਾਂ ਹੁਣ ਜਾ ਕੇ ਸਾਂਭੀਏ ਆਪਣਾ ਕਾਰੋਬਾਰ। ਲਈ ਮਿੱਤਰੋ ਸ਼ੋਪ 'ਤੇ ਆ ਕੇ ਆਪਾਂ ਨੇ ਕੀ ਦੇਖਿਆ, ਸ਼ੋਪ 'ਤੇ ਆ ਕੇ ਦੇਖਿਆ ਵੀ ਸਿਮਰ ਨੇ ਨਾ ਸਾਰਾ ਕੰਮ ਕਰ ਨਿਬੇੜਤਾ, ਆਪਣਾ ਬਸ ਇਕੱਲਾ ਸਮਾਨ ਸਮਾਨ ਲਿਆਉਣ 'ਤੇ ਰਹਿ ਗਿਆ। ਤੁਸੀਂ ਆਪਣਾ ਤਾਰ ਦੀ ਆਪਾਂ ਦੁਬਾਰੀ ਵਿੱਚ ਸੁੱਕਣ ਲੱਗ ਜਾਂਦੀ, ਵੀ ਹਵਾ ਲੀਕ ਹੋ ਗਈ ਅਤੇ ਆਹ ਵੀ ਵਿੱਚੋਂ ਜਮੇ ਜਦੋਂ ਇੱਧਰ ਵਿਚਾਰਾ ਉੱਡੇ ਗਿਆ, ਉਹ ਕੱਲ੍ਹ ਜਾਗ ਜੇ ਮਾਰੀ ਇੱਥੇ ਉਂਗਲੀ ਜੀ, ਆਹ ਵੀ ਦੋ ਜਮੇ ਨਿਕੇ ਹੋ ਗਏ। ਤਾਂ ਰਹਿਣ ਦੇਖਣੀ ਮੈਂ ਦੇ ਕੇ ਠੀਕ ਹੈ। ਇੱਕ ਮਾਰਕੀਟ ਤੋਂ ਤਾਂ ਸਮਾਨ ਮਿੱਤਰੋ ਆਪਾਂ ਨੇ ਲੈ ਲਿਆ ਮੋਰਿਸ ਮਾਰਕੀਟ ਤੋਂ, ਜਿਹਦੇ ਆਪਾਂ ਨੇ ਪਲੇਟਾਂ ਬਕੇਰੀਆਂ ਆਪਣੀ ਸ਼ੋਪ 'ਤੇ ਇੱਦਾਂ ਸਮਾਨ ਲੈਣਾ ਸੀਗਾ। ਅਤੇ ਇੱਕ ਮੈਂ ਲਿਆ ਆਪਣੇ ਵਾਸਤੇ ਇੱਥੋਂ ਸ਼ੈਂਪੂ ਇੰਤੇਜ਼ਾ, ਦੇਖੋ ਇਹ 3-in-1 ਹੈ, ਬਾਨਿਓ ਵੀ ਆ, ਦੋਚਾ ਵੀ ਆ ਅਤੇ ਸ਼ੈਂਪੂ ਵੀ ਆ। ਅਤੇ ਇਹਦੇ ਵਿੱਚ ਵੀ ਕਈ ਵਰਾਇਟੀ ਹੋਣੀ ਹੈ, ਜਿਵੇਂ ਆਹ ਵਾਲੇ ਵੀ ਫਰੈਸ਼ ਵੀ ਤੁਹਾਨੂੰ ਹਰ ਟਾਈਮ ਫਰੈਸ਼ ਫਰੈਸ਼ ਫੀਲ ਹੋਣਾ, ਅਤੇ ਹੋਰ ਵੀ ਕਈ ਤਰ੍ਹਾਂ ਦੀ ਹੋਣੀ ਹੈ। ਵੈਸੇ ਇਹ 'ਚ ਸਿੰਗਲ ਵੀ ਹੁੰਦਾ ਹੈ, 2 ਪੀਓ ਵੀ ਹੁੰਦਾ ਹੈ, ਅਤੇ ਆਪਾਂ 3 ਲੱਤਾਂ ਵਾਲੇ ਵੀ ਸਾਰਾ ਕੁਝ ਨਹਾ ਵੀ ਸਕਦੇ ਹਾਂ, ਆਪਾਂ ਸਿਰ ਵੀ ਨਹਾ ਸਕਦੇ ਹਾਂ, ਪਿੰਡੇ ਵੀ ਨਹਾ ਸਕਦੇ ਹਾਂ, ਅਤੇ ਜਿਹੜਾ ਹੁੰਦਾ ਨਹੀਂ ਆਪਾਂ ਬਾਅਦ 'ਚ ਲਾਉਂਦੇ ਹਾਂ ਦਵਿੰਦਰ ਨਹਾਉਣ ਦਾ ਕੰਡੀਸ਼ਨਰ, ਹਾਂਜੀ ਉਹ ਵੀ ਮਿੱਤਰੋ ਵਿੱਚੇ ਹੁੰਦਾ ਇਹਦੇ। ਅਤੇ ਸਮਾਨ ਆਪਣਾ ਮਾਰਕੀਟ ਤੋਂ ਆਇਆ €24 ਅਤੇ €19 ਦਾ। ਜਿੱਦਾਂ ਆਪਣੇ ਨਾ ਸਿਵੇਂ ਦਵਿੰਦਰ ਨੂੰ ਹੀ ਕੰਮ ਕਰ ਰਿਹਾ ਮਿੱਤਰੋ, ਇੱਧਰ ਵੀ ਆ ਵੀ ਸਿਵੇਂ ਦਵਿੰਦਰ ਪਰਲੇ ਪਾਸੇ ਨਾ ਜਰਦੀ ਨੂੰ ਹੀ ਕੰਮ ਹੈ। ਠੀਕ ਹੈ ਜੀ, ਬਹੁਤ ਬੜਾ ਦਿੱਤਾ। ਅਤੇ ਦੇਖੋ ਦਰਖਤ ਮਿੱਤਰੋ ਕਿੰਨੇ ਸੋਹਣੇ ਸੋਹਣੇ ਕੱਟ ਕੇ ਬਣਾਏ ਹੋਏ ਆ। ਇਹ ਜਿਹੜੇ ਬੂਟੇ ਆ ਨਾ ਇਹ ਓਲੀਵੀਆ ਦੇ ਬੂਟੇ ਆ, ਹਜ਼ਾਰਾਂ ਹਜ਼ਾਰਾਂ ਸਾਲ ਪੁਰਾਣੇ ਆ ਇਹ ਸਾਰੇ ਤਿਆਰ ਕੀਤੇ ਹੋਏ। ਇੱਦਾਂ ਨਹੀਂ ਹੁੰਦੇ ਕਿ
ਇਹਨੂੰ ਮੋਟੀਵੇਟ ਕੀਤਾ ਜਾਂਦਾ ਇਹਨਾਂ ਨੂੰ ਇਹ ਵਿਕ ਵੀ ਜਾਂਦੇ ਹੈ ਨਾ ਜਿਹੜੇ ਇਹਨਾਂ ਦੇ ਵੇਚਣ ਲਈ ਰੱਖੇ ਹੋਏ ਹੈ ਹਾਂ ਮਹਿੰਗੇ ਤਾਂ ਲੱਗਦੇ ਆ ਵੀ ਹੁਣ ਖਤਮ ਨਹੀਂ ਹਾਂ ਪਰ ਕਹਿੰਦੇ ਵਿਕਦੇ ਬਹੁਤ ਮਹਿੰਗੇ ਹੀ ਜਿਹੜੀਆਂ ਸਾਰੇ ਰੈਨੋਵੇਟ ਕੀਤੇ ਮੈਂ ਸਾਰੇ ਬੂਟੇ ਅਤੇ ਆਪਾਂ ਹੁਣ ਚੱਲੀਏ ਦੂਜੀ ਮਾਰਕੀਟ ਦੇ ਵਿੱਚ ਦੂਜੀ ਮਾਰਕੀਟ ਦਾ ਸਮਾਨ ਮਿੱਤਰ ਆਪਾਂ ਲੈ ਲਿਆ ਦੇਖੋ ਕਿੱਡੀ ਲੰਬੀ ਲਾਈਨਾਂ ਲੱਗੀਆਂ ਮੈਂ ਸ਼ਨੀਵਾਰ ਕਰਕੇ ਦਵਿੰਦਰ ਨੂੰ ਪਹਿਲਾਂ ਭੇਜਿਆ ਸੀਗਾ ਮੈਂ ਲਾਈਨ ਚਲਾਉਣ ਵਾਸਤੇ ਦਵਿੰਦਰ ਨੇ ਲਾਈਨ ਚਲਾ ਕੇ ਪਹਿਲਾਂ ਕਮਾਲ ਕਰਤੀ ਹੈ ਦਵਿੰਦਰ ਸਹੀ ਗੱਲ ਹੈ ਆ ਤਾਂ ਤਜਰਬਾ ਬਹੁਤ ਆ ਭਾਜੀ ਗੰਦੇ ਟਰਾਲੇ ਬਹੁਤ ਖਾਲੀ ਕਰਾਈ ਅਸੀਂ ਗੱਲ ਦਲੂ ਕੱਢ ਕੇ ਆ ਤਾਂ ਗੱਲੇ ਕੁਛ ਨਹੀਂ ਜੀ ਇਹਨਾਂ ਮਾਰਕੀਟ ਵਾਲੇ ਨਾ ਹੁਣ ਆਹ ਵੀ ਲਾਤਾ ਸਿਸਟਮ ਔਨਲਾਈਨ ਸੇਲਾਂ ਕਰਨ ਦਾ ਵੀ ਜਿਹਦੇ ਕੋਲ ਅੰਦਰ ਜਾਣ ਸਮਾਂ ਨਹੀਂ ਹੈਗਾ ਤਾਂ ਇੱਥੇ ਰੋਕ ਕੇ ਜਿਹੜੀ ਚੀਜ਼ ਚਾਹੀਦੀ ਇੱਥੇ ਸਿਲੈਕਟ ਕਰਕੇ ਇੱਥੇ ਪੇਮੈਂਟ ਦੇ ਦਿਓ ਤਿੰਨ ਦਿਨ ਸਟਾਫ ਦੇ ਬੰਦੇ ਫਿਰਦੇ ਆਪਾਂ ਨੂੰ ਇੱਥੇ ਸਮਾਨ ਲੈ ਕੇ ਦੇਣਾ ਉਹਨਾਂ ਨੇ ਮੰਨ ਲਓ ਤੁਹਾਨੂੰ ਮਾਰਕੀਟ 'ਚ ਘੁੰਮਣ ਦੀ ਲੋੜ ਨਹੀਂ ਹੈਗੀ ਇੱਥੇ ਖੜ ਕੇ ਤੁਸੀਂ ਪੇਦਾ ਕਰ ਸਕਦੇ ਹੋ ਵੀ ਸਮਾਨ ਇਕੱਠਾ ਕਰਦੇ ਨੇ ਮਿੱਤਰੋ ਆਪਣਾ ਦੁਪਹਿਰ ਹੀ ਹੋ ਗਿਆ ਟਾਈਮ 12:30 ਹੋ ਗਏ ਟਾਈਮ ਹੋ ਗਿਆ ਤਾਂ ਖਾਣਾ ਲੰਚ ਦਾ ਟਾਈਮ ਹੋ ਗਿਆ ਦਵਿੰਦਰ ਆਪਣਾ ਹੈ ਰੋਟੀ ਦਾ ਹਾਂਜੀ ਹਾਂਜੀ ਭਾਅ ਜੀ ਸਹੀ ਗੱਲ ਜੀ ਅਤੇ ਹੁਣ ਇੱਥੇ ਗੱਡੀ ਖੜਾ ਕੇ ਸਮਾਨ ਉਤਾਰ ਦਈਏ ਪਹਿਲਾਂ ਉਹ ਤੋਂ ਬਾਅਦ ਵੀ ਜਾ ਕੇ ਛਕਦੇ ਲੰਗਰ ਪਾਣੀ ਠੀਕ ਹੈ ਹੋਰ ਜੀ ਹੋਰ ਲੈ ਲਿਓ ਜੀ ਮਿੱਤਰੋ ਹੁਣ ਆਪਾਂ ਖਾਵਾਂਗੇ ਚੀਜ਼ਾਂ ਪਿਆ ਹਦਵਾਣਾ ਠੰਡਾ ਠਾਰ ਲੈ ਪਹਿਲਾਂ ਸ਼ਾਮ ਦਾ ਕਰਾਉਣਾ ਮੂੰਹ ਮਿੱਠਾ ਨਹੀਂ ਨਹੀਂ ਮੈਂ ਖਾਣਾ ਨਹੀਂ ਨਹੀਂ ਸੁਣਾ ਇਹ ਜਵਾਬ ਬੜਾ ਪੀਜ਼ਾ ਜਲਦੀ ਬਣਨੀ ਪੈਣੀ ਹੁਣ ਤਾਂ ਜੋ ਮਰਜ਼ੀ ਨਾ ਹੁਣ ਤਾਂ ਬਣਨੀ ਪੈਣੀ ਆ ਇੱਕ ਹੋਵੇ ਨਾਲ ਹੁੰਦੀ ਆ ਇੱਕ ਹੋਰ ਨਾਲ ਹੁੰਦੀ ਆ ਇੱਕ ਹੋਰ ਆ ਹੋਊਗਾ ਚੱਕ ਚੱਕ ਲੈ ਹੁਣ ਟਾਈਮ 6:00 ਮਿੱਤਰੋ ਆਪਾਂ ਪਹੁੰਚ ਗਏ ਆਪਣੀ ਸ਼ੋਪ 'ਤੇ ਸਭ ਤੋਂ ਪਹਿਲਾਂ ਸ਼ੋਪ 'ਤੇ ਮੈਂ ਹੀ ਆਉਣਾ ਹੁੰਦਾ ਦੇਖੋ ਉੱਧਰ ਕਬਾਬ ਵੀ ਲਾਤਾ ਆਪਾਂ ਨੇ ਅਤੇ ਉੱਧਰ ਭੱਠੀ ਵੀ ਆਪਣੀ ਚੱਲਦੀ ਕਰਤੀ ਕਾਸਾ ਵਗੈਰਾ ਸਾਰਾ ਕੁਝ ਓਕੇ ਕਰਤਾ ਚੱਲਦਾ ਕਰਤਾ ਅਤੇ ਡੱਬੇ ਚੱਕ ਕੇ ਸਾਰੇ ਕੱਢਤੇ ਬਾਹਰ ਅਤੇ ਹੁਣ ਮੈਂ ਲੱਗਿਆ ਕਰਾਉਣ ਵਾਸਤੇ ਕਰਤੋਂ ਆਪਣੇ ਪੀਸੇ ਦੇ ਆ ਅਤੇ ਟੇਬਲ ਵੀ ਲਾ ਦੇਣੀ ਆ ਅਤੇ ਬਾਕੀ ਬੰਦੇ ਆਉਣ ਤੱਕ ਲਗਭਗ 10-15% ਕੰਮ ਆਪਾਂ ਨੇ ਆਪਣਾ ਲਗਭਗ ਨੇੜ 'ਚ ਲਾ ਦੇਣਾ ਕਿਉਂਕਿ ਜਿਹਦੇ ਆ ਕੇ ਟੇਬਲ ਆਉਣਾ ਟੇਬਲ ਲਾ ਦੇਣੇ ਕਰਤੋਂ ਮੈਂ ਬਣਾ ਦੇਣੇ ਜਿਹੜੇ ਮੁੰਡੇ ਅਸਲ ਵਿੱਚ ਜਿਹੜਾ ਇਹ ਵਾਲਾ ਕੰਮ ਹੈ ਜਿਹੜੇ ਮੁੰਡੇ ਪੀਸਾ ਡਿਲੀਵਰ ਕਰਨ ਵਾਸਤੇ ਆਉਂਦੇ ਆ ਇਹ ਉਹਨਾਂ ਦਾ ਕੰਮ ਹੈ ਕਰਤੋਂ ਬਣਾਉਣੇ ਪਰ ਮੈਂ ਚਲੋ ਆ ਕੇ ਆਪਣਾ ਕੰਮ ਸਟਾਰਟ ਕਰਦੇ ਪਹਿਲਾਂ ਆ ਜੀ ਥੋੜ੍ਹਾ ਜਿਹਾ ਅਤੇ ਸਭ ਤੋਂ ਲੰਬੀ ਡਿਊਟੀ ਫਿਰ ਮੈਨੂੰ ਦਿਵਾਉਣੀ ਪੈਂਦੀ ਆ ਆ ਕੇ ਸਾਰੇ ਕੰਮਕਾਰ ਦੇਖ ਕੇ ਅਤੇ ਸਭ ਨੂੰ ਜਦ ਚਲੇ ਜਾਣਾ ਤਾਂ ਉਸ ਤੋਂ ਬਾਅਦ ਫਿਰ ਸਾਰੀ ਉਹਦਾ ਕਹਿਣਾ ਡੱਬੇ ਚੱਕ ਕੇ ਅੰਦਰ ਰੱਖਣੇ ਸਾਰੀਆਂ ਫਰਿੱਜਾਂ ਚੈੱਕ ਕਰਨੀਆਂ ਸਾਰੇ ਏ ਸੀ ਵਗੈਰਾ ਬੰਦ ਕਰਨੇ ਸਾਰਾ ਕੁਝ ਸੈਟਮੈਂਟ ਕਰਕੇ ਵੀ ਓਕੇ ਆ ਉਸ ਤੋਂ ਬਾਅਦ ਦੁਕਾਨ ਨੂੰ ਲੋਕ ਲਾ ਕੇ ਉਸ ਤੋਂ ਬਾਅਦ ਮੈਂ ਘਰ ਜਾਣਾ ਹੁੰਦਾ ਸਭ ਤੋਂ ਲੰਬੀ ਡਿਊਟੀ ਦੇਣੀ ਪੈਂਦੀ ਆ ਫਾਈਨਲੀ ਸਿਮਰੀ ਪਹੁੰਚ ਗਈ ਮਤਲਬ ਇਹ ਆਪਣਾ ਦੂਜਾ ਬੰਦਾ ਹੁੰਦਾ ਜਿਹੜਾ ਮੇਰੇ ਤੋਂ ਬਾਅਦ ਆਪਣੀ ਸ਼ੋਪ 'ਤੇ ਪਹੁੰਚਦਾ ਹੁਣ ਤੀਜੇ ਚੌਥੇ ਪੰਜਵੇਂ ਹੁਣ ਸਭ ਨੇ ਆਈ ਜਾਣਾ ਪਰ ਸਾਡੀ ਡਿਊਟੀ ਸਭ ਤੋਂ ਹੁੰਦੀ ਇੱਦਾਂ ਦੇਖੋ ਮੇਰੇ ਤੋਂ ਤਾਸ਼ ਚੱਲਦੀ ਮੈਂ ਥੱਲੇ ਡਿੱਕੀ ਜਾਂਦਾ ਇਹਨਾਂ ਨੂੰ ਵੀ ਥੱਲੇ ਆਉਣਗੇ ਮੈਡਮ ਹੱਥ ਪਾਉਣਗੇ ਮੈਂ ਕਿਹਾ ਬੰਦੇ ਥੱਲੇ ਕਹਿੰਦੇ ਉਧਰ ਅੱਜ ਦੇਖਿਆ ਉੱਪਰ ਤਾਸ਼ ਚੱਲਦੀ ਹੈ ਕੀ ਖੇਡਦੇ ਹੋ ਅੱਜ ਗੁਰਸ਼ਾਨ ਨੇ ਡੂਬੀ ਲਾ ਦਿੱਤੀ ਚਾਹੁੰਦਾ ਮਾਮਾ ਵੀ ਜੁੜਾ ਆ ਚਾਹੁੰਦਾ ਮਾਮਾ ਵੀ ਜੁੜਾ ਆ ਇੱਕ ਦਿਨ ਪਹਿਲਾਂ ਹੀ ਬਣਾਈ ਨਾ ਤੂੰ ਉਧਰ ਇਹਨੇ ਬਹੁਤ ਜੋਰ ਲਾਇਆ ਬਹੁਤ ਜੋਰ ਲਾਇਆ ਅੱਜ ਬਣਾਦਾ ਹੈ ਗਲਸਾ ਵੇ ਨੰਮੀਆਂ ਤਾਣੀਆਂ ਪੈ ਨੇ ਮੇਰੇ ਦੇਖੋ ਗਲਸਾ ਵੇ ਇਸ ਸ਼ੁਰੂ ਹੁੰਦੇ ਨੇ ਗਲਸਾ ਵੇ ਇਥੋਂ ਦੇਖੋ ਇਥੋਂ ਅਲੇ ਤੱਕ ਮੋੜੀ ਕਰਦਾਂ ਤੇ ਇਥੋਂ ਸਟਾਰਟ ਹੋ ਗਲਸਾ ਵੇ ਇੱਥੇ ਖਤਮ ਹੋ ਜਾਂਦਾ ਹੈ ਦੇਖੋ ਗਲਸਾ ਬਹੁਤ ਨੇੜੀ ਨੇੜੀ ਗਲਸਾ ਨੇੜੀ ਦੇ ਜਾਂਦੇ ਗਲਸਾ ਨੇ ਪੱਤਾ ਦੱਬਿਆ ਕਿੱਟ ਦਾ ਲਵੀ ਤਾਸ਼ ਖੇਲ ਕੇ ਆਪਣੇ ਮੁੰਡੇ ਥੱਲੇ ਉਤਰਿਆ ਏ ਹਾਂਜੀ ਤੇ ਕੁਸ਼ਾਂ ਸਿੰਘ ਪੰਜਾਬੀ ਦਾ ਕਰਦਾ ਅਭਿਆਸ ਆਪਣਾ ਹਾਂਜੀ ਅਗਲੇ ਲਿਖਿਆ ਮੈਂ
ਕੇਸ ਕੰਗਾ ਕੜਾ ਕਿਰਪਾਨ ਕਸ਼ਹਿਰਾ ਲਿਖਾਈ ਦੱਸੋ ਕਿੱਦਾਂ ਲਿਖਾਈ ਸਾਡੀ ਇੱਦਾਂ ਲੱਗਦੀ ਜਿੱਦਾਂ ਤੁਸੀਂ ਕੀੜੀ ਨੂੰ ਸਿਆਹੀ 'ਚ ਭਿਓ ਕੇ ਛੱਡਿਆ ਹੁੰਦਾ ਹੈ ਬਿਲਕੁਲ ਉਹਦੇ ਲਈ ਚਲੋ ਹਾਲੇ ਨਵਾਂ ਜੀ ਇਹਨੂੰ ਪੰਜਾਬੀ ਲੱਗੀ ਹੌਲੀ ਹੌਲੀ ਸਿੱਖੀ ਵਧੀਆ ਲੱਗਦਾ ਜੀ ਉਹ ਸਭ ਮਿਲ ਸਕਦੇ ਨਾ ਸਭ ਸਹੀ ਗੱਲਬਾਤ ਹੈ ਲੈ ਵੀ ਟਾਈਮ 11 ਵੱਜਣ ਦੇ ਵਿੱਚ ਮਿੰਟ 15 ਰਹਿ ਗਏ ਪੌਣੇ 11 ਹੋ ਗਏ ਮਿੱਤਰੋ ਕੰਮ ਅਗਰ ਆਪਾਂ ਨੇ ਨਿਬੇੜਤਾ ਆਪਣਾ ਗਰਮੀ ਵੀ ਬਹੁਤ ਸੀਗੀ ਤਾਂ ਚੱਲੀਏ ਉੱਪਰੋਂ ਭਾਵੀ ਚਲੋ ਘਰ ਨੂੰ ਚੱਲਦੇ ਹਾਂ ਅਤੇ ਦਵਿੰਦਰ ਸਿੰਘ ਨੂੰ ਮਿਲੋ ਡੱਬੇ ਚੱਕ ਕੇ ਦਵਿੰਦਰ ਬੰਦਾ ਰੱਖ ਰਿਹਾ ਅਤੇ ਕਰਤਾ ਸਮਾਨ ਆਪਾਂ ਨੇ ਸੈੱਟ ਸਾਰਾ ਹੀ ਸਮਾਨ ਤਾਂ ਸੈੱਟ ਕਰਦਾ ਹਾਂਜੀ ਬਸ ਆ ਦੋ ਕੁਰਸੀਆਂ ਰਹਿ ਗਈਆਂ ਜਿੰਦਰ ਬਸ ਠੀਕ ਹੈ ਅਤੇ ਗਿੱਲ ਸਾਹਿਬ ਮਿੱਤਰੋ ਆਪਣੇ ਇੱਧਰ ਦੇਖੋ ਇਹ ਤਾਂ ਮੈਨੂੰ ਗਿੱਲ ਸਾਹਿਬ ਨੂੰ ਠੰਡੀ ਸ਼ੀਤ ਹਵਾ ਦਾ ਗਿੱਲ ਸਾਹਿਬ ਆਨੰਦ ਲੈਂਦੇ ਨੇ ਗਿੱਲ ਸਾਹਿਬ ਨਾ ਲਏ ਨਹਾ ਕੇ ਫਰੈਸ਼ ਹੋ ਗਏ ਸਹੀ ਗੱਲ ਹੈ ਮਿੱਤਰੋ ਰਾਤ ਨੂੰ ਨਹਾਉਣ ਦਾ ਵੀ ਨਾ ਨਜ਼ਾਰਾ ਵੱਖਰੀ ਹੈ ਗਰਮੀ ਦੇ ਵਿੱਚ ਰਾਤ ਨੂੰ ਜਦੋਂ ਬੰਦਾ ਨਹਾ ਕੇ ਸੌਂਦਾ ਨਾ ਤਾਂ ਨੀਂਦ ਕਹਿੰਦਾ ਉਹ ਆਉਂਦੀ ਹੈ ਵੀ ਜਿਹੜੀ ਸਵਰਗ ਵਾਲੀ ਨਹੀਂ ਹੁੰਦੀ ਸਵਰਗ ਵਾਲੀ ਨੀਂਦ ਸਵਰਗ ਵਾਲੀ ਨਹੀਂ ਆਉਂਦੀ ਧੁਰ ਦਰਗਾਹ ਦੀ ਨੀਂਦ ਆਉਂਦੀ ਸਿੰਮਾ ਕਹਿੰਦਾ ਅਤੇ ਬਾਕੀ ਆਪਾਂ ਵੀ ਨਹਾਉਂਦੇ ਧੋਨੇ ਠੰਡੇ ਪਾਣੀ ਦਾ ਰੋਟੀ ਪਾਣੀ ਖਾਂਦੇ ਹਾਂ ਮਿੱਤਰੋ ਅਤੇ ਵਲੌਗ ਇੱਥੇ ਆਪਾਂ ਆਪਣਾ ਜਿਹੜਾ ਬੰਦ ਕਰਦੇ ਹਾਂ ਅਤੇ ਇੱਥੇ ਦੇਖੋ ਇੱਧਰ ਪਾਣੀ ਥਿਆ ਲੱਗੀ ਵੀ ਕਿੰਨੇ ਬੋਤਲਾਂ ਪਾਣੀ ਦੀ ਪੀਂਦੇ ਭਰ ਕੇ ਦਿੰਦੇ ਦਿਨੇ ਤਾਂ ਘੱਟ ਵੀ ਹੁੰਦਾ ਜੀ ਉੱਥੇ ਕਬਾਬ ਅੱਗੇ ਤਾਂ ਪੀ ਹੋ ਜਾਂਦੀਆਂ ਜੀ ਡੇਢ ਦੋ ਬੋਤਲ ਪੀ ਹੋ ਜਾਂਦੀ ਹੈ ਜੀ ਆਰਾਮ ਨਾਲ ਪੀ ਹੋ ਜਾਂਦਾ ਪਾਣੀ ਹਾਂਜੀ ਸਹੀ ਗੱਲ ਹੈ ਭਾਈ ਪਾਣੀ ਵੱਧ ਤੋਂ ਵੱਧ ਮਿੱਤਰੋ ਪੀਣਾ ਜਿਹੜਾ ਗਰਮੀ ਦੇ ਵਿੱਚ ਅਤੇ ਬਾਕੀ ਆਪਾਂ ਵਲੌਗ ਇੱਥੇ ਆਪਾਂ ਆਪਣਾ ਜਿਹੜਾ ਬੰਦ ਕਰਦੇ ਹਾਂ ਅਤੇ ਤੁਹਾਨੂੰ ਜੇ ਆਪਣਾ ਜਿਹੜਾ ਵਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਕਰੋ ਹਾਲੇ ਤੱਕ ਨਹੀਂ ਕੀਤਾ ਬੈਲ ਆਈਕਨ 'ਤੇ ਕਰੋ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ